ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਅੱਜ ਲਾਸ਼ ਦਿਨ ਹੈ ਅਤੇ ਦੋਨੋਂ ਪ੍ਰਮੁੱਖ ਪਾਰਟੀਆਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਮੌਜੂਦ ਨੇ ਪਰਮਿੰਦਰ ਸਿੰਘ ਢੀਂਡਸਾ ਜੀ, ਕੀ ਕਹਿਣਾ ਚਾਹੋਗੇ ਅੱਜ ਪ੍ਰਚਾਰ ਦਾ ਲਾਸ਼ ਦਿਨ ਹੈ, ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਪੱਧਰ 'ਤੇ ਸਾਰੇ ਲੀਡਰ ਸ਼ਾਹਕੋਟ ਪਹੁੰਚ ਰਹੇ ਨੇ ਅਤੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੀ ਹੈ ਅਤੇ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਰੋਡ ਸ਼ੋਅ ਅਸੀਂ ਕਰ ਰਹੇ ਹਾਂ। ਮਲਸੀਆਂ ਤੋਂ ਚਾਲੂ ਹੋ ਕੇ ਜਿਹੜਾ ਲੋਹੀਆਂ, ਸ਼ਾਹਕੋਟ ਅਤੇ ਮਹਿਤਪੁਰ ਦੇ ਵਿੱਚ ਜਿਹੜਾ ਖਤਮ ਹੋਏਗਾ, ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਅਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਦਾ ਹੁੰਗਾਰਾ ਸਾਨੂੰ ਇਹਨਾਂ ਚੋਣਾਂ ਦੇ ਵਿੱਚ ਸ਼ਾਹਕੋਟ ਹਲਕੇ ਦੇ ਲੋਕਾਂ ਨੇ ਦਿੱਤਾ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਹਲਕਾ ਨਵਾਂ ਇਤਿਹਾਸ ਸਿਰਜੇਗਾ ਅਤੇ ਸਰਕਾਰ ਵਿਰੋਧੀ ਫੈਸਲਾ, ਸਰਕਾਰ ਦੇ ਵਿਰੁੱਧ ਫਤਵਾ ਜਿਹੜਾ ਹੈ ਸ਼ਾਹਕੋਟ ਹਲਕੇ ਦੇ ਲੋਕ ਦੇਣਗੇ ਅਤੇ ਸਾਡਾ ਨੁਮਾਇੰਦੇ ਨੈਬ ਸਿੰਘ ਜੀ ਕੁਹਾੜ ਵੱਡੀ ਜਿੱਤ ਇੱਥੋਂ ਪ੍ਰਾਪਤ ਕਰਨਗੇ। ਸ਼ਾਹਕੋਟ ਹਮੇਸ਼ਾ ਹੀ ਅਕਾਲੀ ਦਲ ਦਾ ਗੜ੍ਹ ਬਣਿਆ ਜਾਂਦਾ ਰਿਹਾ, ਪਰ ਇਸ ਵਾਰ ਕਾਂਗਰਸ ਦਾ ਦਾਅਵਾ ਹੈ ਕਿ ਇਸ ਵਾਰ ਜਿਹੜਾ ਅਕਾਲੀਆਂ ਦਾ ਗੜ੍ਹ ਹੈ ਉਹ ਕਾਂਗਰਸ ਜਿੱਤੂਗੀ। ਕੀ ਕਹਿਣਾ ਚਾਹੋਗੇ ਕਿ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਰੋਡ ਸ਼ੋਅ ਦੇ ਵਿੱਚ ਹਾਜ਼ਰ ਹੋ ਰਹੇ ਨੇ? ਦੇਖੋ, ਕਾਂਗਰਸ ਨੂੰ ਇਸ ਗੱਲ ਦਾ ਭੁਲੇਖ ਹੈ ਵੀ ਉਹਨਾਂ ਦੀ ਸਰਕਾਰ ਹੈ, ਸ਼ਾਇਦ ਜਿਹੜਾ ਹੈ ਲੋਕ ਸਰਕਾਰ ਨੂੰ ਵੋਟਾਂ ਪਾ ਦੇਣ ਜਾਂ ਸਰਕਾਰ ਦੇ ਜ਼ੋਰ 'ਤੇ ਲੋਕਾਂ ਨੂੰ ਡਰਾ ਕੇ, ਲੋਕਾਂ ਨੂੰ ਧਮਕਾ ਕੇ, ਦਬਾਅ ਦੇ ਨਾਲ ਜਿੱਤ ਪ੍ਰਾਪਤ ਕਰ ਲੈਣਗੇ। ਪਰ ਜਿਸ ਤਰ੍ਹਾਂ ਦਾ ਤੁਸੀਂ ਦੇਖ ਹੀ ਰਹੇ ਹੋ ਵੀ ਐਸੀ ਕੋਈ ਜਿਹੜਾ ਗੱਲ ਨਹੀਂ, ਲੋਕ ਸ਼ਾਹਕੋਟ ਹਲਕੇ ਦੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ, ਕੁਹਾੜ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਅਤੇ ਇਹ ਨਤੀਜੇ ਜਿਹੜੇ ਨੇ ਇਹ ਇੱਕ ਬੜੇ ਹੈਰਾਨਜਨਕ ਹੋਣਗੇ। ਤੁਸੀਂ ਦੇਖੋਗੇ ਵੀ ਬੜੇ ਲੰਬੇ ਸਮੇਂ ਤੋਂ ਬਾਅਦ ਐਸਾ ਇਤਿਹਾਸ ਸਿਰਜੇਗਾ ਵੀ ਜਿਹੜੀ ਸਰਕਾਰ ਹੈ ਉਹ ਕੋਈ ਬਾਈ ਇਲੈਕਸ਼ਨ ਹਾਰੇਗੀ। ਲਗਾਤਾਰ ਪ੍ਰਚਾਰ ਦਾ ਦੌਰ ਚੱਲ ਰਿਹਾ, ਨਵਜੋਤ ਸਿੰਘ ਸਿੱਧੂ ਕੱਲ੍ਹ ਇੱਥੇ ਪ੍ਰਚਾਰ ਕਰਕੇ ਗਏ ਨੇ, ਉਹਨਾਂ ਵੱਲੋਂ ਲਗਾਤਾਰ ਮਜੀਠੀਆ ਦੇ ਉੱਤੇ ਅਟੈਕ ਕੀਤੇ ਜਾ ਰਹੇ ਨੇ ਅਤੇ ਬੜੀ ਸ਼ਬਦਾਵਲੀ ਜਿਹੜੀ ਉਹਨਾਂ ਦੀ ਹੈਗੀ ਆ ਬੜੀ ਇਤਰਾਜ਼ ਹੋ ਗਿਆ ਕਿ ਕੀ ਕਹਿਣਾ ਚਾਹੋਗੇ ਕਿ ਜਿਹੜੇ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਉਂ ਯੂਜ਼ ਹੋ ਰਹੀ ਹੈ? ਦੇਖੋ, ਬੜੀ ਅਸੀਂ ਤਾਂ ਆਪ ਮਹਿਸੂਸ ਕਰਦੇ ਹਾਂ ਵੀ ਸਿਆਸਤ ਦੇ ਵਿੱਚ ਐਸੀ ਮਾੜੀ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ, ਇਹ ਉਹਨਾਂ ਦੀ ਬੁਖਲਾਹਟ ਦਾ ਨਤੀਜਾ ਹੈ। ਨਹੀਂ, ਬੰਦਾ ਜਿਹੜਾ ਹੈ ਮੁੱਦਿਆਂ 'ਤੇ ਗੱਲ ਕਰਦਾ, ਆਪਦੀ ਪੱਖ ਦੀ ਗੱਲ ਕਰਦਾ, ਪਰ ਜਿਸ ਤਰ੍ਹਾਂ ਦਾ ਉਹ ਗੱਲਾਂ ਕਰਦੇ ਨੇ ਉਹ ਇੱਕ ਜਿਹੜਾ ਹੈ ਸਿਆਸੀ ਸਟੇਜ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਹਰ ਚੀਜ਼ ਮਜ਼ਾਕ ਦੇ ਲਹਿਜ਼ੇ ਦੇ ਨਾਲ ਲੋਕਾਂ ਨੂੰ ਮਨੋਰੰਜਨ ਕਰਨ ਵਾਸਤੇ ਉਹਨਾਂ ਦਾ ਇਹ ਜਿਹੜਾ ਹੈ ਐਸਾ ਰਵੱਈਆ ਰਹਿੰਦਾ ਹੈਗਾ। ਇਸ ਤੋਂ ਵੱਧ ਕੁਛ ਨਹੀਂ, ਲੋਕ ਨਾ ਹੁਣ ਲੋਕ ਵੀ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੂੰ ਇੱਕ ਕਮੇਡੀਅਨ ਦੇ ਤੌਰ 'ਤੇ ਹੀ ਜਿਹੜਾ ਪੰਜਾਬ ਦੇ ਲੋਕ ਜਿਹੜੇ ਲੈਂਦੇ ਨੇ। ਅਤੇ ਇਹ ਜਿਹੜਾ ਹੈ, ਹੁਣ ਤੁਸੀਂ ਕੱਲ੍ਹ ਜਿਹੜੀ ਨਵੀਂ ਗੱਲ ਆਈ ਹੈ, ਦੇਖੋ ਇੱਕ ਪਾਸੇ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਇੱਕ ਆਪਦੇ ਵਾਈਫ ਨੂੰ ਵੀ ਅਤੇ ਆਪਦੇ ਬੇਟੇ ਨੂੰ ਵੀ ਨੋਮੀਨੇਟ ਕਰਵਾ ਕੇ ਸਰਕਾਰ ਦੇ ਵਿੱਚ ਜਿਹੜੇ ਪੋਸਟਾਂ ਦਵਾਈਆਂ ਨੇ। ਸੋ ਜੇ ਆਪਾਂ ਵੱਡੀ ਨੈਤਿਕਤਾ ਦੀ ਗੱਲ ਕਰਦੇ ਹਾਂ ਤਾਂ ਨੈਤਿਕਤਾ 'ਤੇ ਖੜ੍ਹਨਾ ਵੀ ਚਾਹੀਦਾ। ਤੁਸੀਂ ਆਪਦੇ ਵਰਕਰਾਂ ਨੂੰ ਜਾਂ ਹੋਰਾਂ ਨੂੰ ਵੀ ਕਰ ਸਕਦੇ ਸੀ, ਪਰ ਨਹੀਂ, ਉਹਨਾਂ ਨੇ ਜਿਹੜਾ ਹੈ ਆਪਦੇ ਪਰਿਵਾਰ ਨੂੰ ਪਹਿਲ ਦਿੱਤੀ ਹੈ ਅਤੇ ਇਸ ਦੇ ਨਾਲ ਜਿਹੜਾ ਹੈ ਉਹਨਾਂ ਦਾ ਜਿਹੜੀ ਸੱਚਾਈ ਹੈ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆ ਰਹੀ ਹੈ। ਚੁਣਾਵਾਂ ਚੋਣ ਹਮੇਸ਼ਾ ਹੀ ਵਿਕਾਸ ਦੇ ਮੁੱਦੇ 'ਤੇ ਜਾਂ ਮੁੱਦਿਆਂ ਨੂੰ ਲੈ ਕੇ ਲੜੀ ਜਾਂਦੀ ਰਹੀ ਹੈ, ਪਰ ਅੱਜ ਸ਼ਾਹਕੋਟ ਜ਼ਿਮਨੀ ਚੋਣ ਦੇਖਣ ਨੂੰ ਮਿਲਿਆ ਕਿ ਇੱਥੇ ਪਰਸਨਲ ਅਟੈਕ ਜ਼ਿਆਦਾ ਹੋ ਰਹੇ ਨੇ, ਚਾਹੇ ਕਾਂਗਰਸ ਪਾਰਟੀ ਵੱਲੋਂ ਹੋਣ ਚਾਹੇ ਅਕਾਲੀ ਦਲ ਵੱਲੋਂ। ਕੀ ਕਹਿਣਾ ਚਾਹੋਗੇ ਕਿ ਹਾਂ ਵੀ ਮੁੱਦੇ ਦੀ ਘਾਟ ਨਜ਼ਰ ਆ ਰਹੀ ਹੈ ਸ਼ਾਹਕੋਟ ਜ਼ਿਮਨੀ ਚੋਣਾਂ 'ਚ? ਨਹੀਂ, ਦੇਖੋ ਇਹ 'ਚ ਮੈਂ ਸਮਝਦਾ ਸਿਆਸਤ ਮੁੱਦਿਆਂ ਦੀ ਕਰਨੀ ਚਾਹੀਦੀ ਹੈ, ਮੈਂ ਤਾਂ ਹਮੇਸ਼ਾ ਇਸ ਗੱਲ ਦਾ ਹਾਮੀ ਰਿਹਾ। ਪਰਸਨਲ ਅਟੈਕ ਨੂੰ ਨਾ ਤਾਂ ਲੋਕ ਪਸੰਦ ਕਰਦੇ ਨੇ ਅਤੇ ਨਾ ਹੀ ਜਿਹੜਾ ਹੈ ਇੱਕ ਨੈਤਿਕਤਾ ਜਿਹੜੀ ਇਸ ਗੱਲ ਨੂੰ ਇਜਾਜ਼ਤ ਦਿੰਦੀ ਹੈ ਵੀ ਅਸੀਂ ਕਿਸੇ ਨਿੱਜੀ ਜਿਹੜਾ ਹੈ ਅਟੈਕ ਕਰੀਏ। ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਰਹੇ ਨੇ, ਉਹਨਾਂ ਨੇ ਕਦੇ ਕਿਸੇ 'ਤੇ ਪਰਸਨਲ ਅਟੈਕ ਨਹੀਂ ਕੀਤਾ ਇਹਨਾਂ ਚੋਣਾਂ ਦੇ ਵਿੱਚ, ਤੁਸੀਂ ਖੁਦ ਹੀ ਕਰ ਲਓ। ਇਹ ਤਾਂ ਕਾਂਗਰਸ ਹੀ ਹੈ ਜਿਹੜੀ, ਅਤੇ ਖਾਸ ਤੌਰ 'ਤੇ ਨਵਜੋਤ ਸਿੰਘ ਸਿੱਧੂ, ਉਹ ਬੁਖਲਾਹਟ ਦੇ ਵਿੱਚ ਐਸੇ ਕੰਮ ਕਰਦੇ ਨੇ, ਇਹ ਕਾਂਗਰਸ ਦੀ ਬੁਖਲਾਹਟ ਦਾ ਨਤੀਜਾ ਜਿਹੜਾ ਉਹ ਪਰਸਨਲ ਅਟੈਕ ਕਰ ਰਹੀ ਹੈ। ਜੀ ਬਿਲਕੁਲ, ਇਹ ਸੀਗੇ ਪਰਮਿੰਦਰ ਸਿੰਘ ਢੀਂਡਸਾ ਜੀ, ਜਿਨ੍ਹਾਂ ਦਾ ਕਹਿਣਾ ਕਿ ਕਾਂਗਰਸ ਅਤੇ ਖਾਸ ਕਰ ਨਵਜੋਤ ਸਿੰਘ ਸਿੱਧੂ ਦੇ ਅੰਦਰ ਇਲੈਕਸ਼ਨ ਨੂੰ ਲੈ ਕੇ ਬੁਖਲਾਹਟ ਹੈ, ਜਿਹੜੇ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਇਸ ਤਰ੍ਹਾਂ ਦੇ ਇਤਰਾਜ਼ਯੋਗ ਸ਼ਬਦ ਵਰਤ ਰਹੇ ਨੇ। ਅਤੇ ਉਹਨਾਂ ਦਾ ਦਾਅਵਾ ਹੈ ਕਿ ਇਸ ਵਾਰ ਇੱਕ ਵਾਰ ਨਵਾਂ ਇਤਿਹਾਸ ਸਿਰਜੇਗਾ ਅਤੇ ਅਕਾਲੀ ਦਲ ਆਪਣੀ ਸੀਟ ਕਾਮਯਾਬ ਹੋਏਗੀ ਅਤੇ ਕਾਂਗਰਸ ਦੇ ਬਾਈ ਇਲੈਕਸ਼ਨ ਜੋ ਕਿ ਸਰਕਾਰ ਦੇ ਵਿਰੁੱਧ ਲੋਕ ਫਤਵਾ ਦੇਣਗੇ। ਕੈਮਰਾਮੈਨ ਰੋਹੀ ਦੇ ਨਾਲ ਵਿਵੇਕ ਟਲ, ਦੈਨਿਕ ਸਵੇਰਾ ਟੀਵੀ, ਸ਼ਾਹਕੋਟ।